ਜਿਹੜੇ ਹੁਣ ਚੁਣੇ ਗਏ ਨੇ ਇਹਨਾਂ ਨੂੰ ਕੌਣ ਕੱਢੇਗਾ ਅੱਜ ਤੁਸੀਂ ਵੇਖ ਲਓ ਅੱਜ ਮਾਸਟਰ ਸਾਰਾ ਸਿੰਘ ਜੀ ਗੱਲ ਵੀ ਜਿਹੜੀ ਸੱਚ ਹੋ ਰਹੀ ਹੈ ਉਹਨਾਂ ਨੇ ਧੰਮੀ ਸਾਹਿਬ ਦਾ ਨਾਮ ਪ੍ਰਪੋਜ਼ ਕੀਤਾ ਉਹ ਉਦੋਂ ਵੀ ਚੋਣ ਲੜਨ ਨੂੰ ਤਿਆਰ ਸਨ ਔਰ ਮੈਨੂੰ ਪਲੱਸ ਤੋਂ ਟਿਕਟ ਨਹੀਂ ਦੇਣੀ ਜਿਵੇਂ ਐਸਪੀਸੀ ਦੀ ਪ੍ਰਧਾਨ ਬਣ ਕੇ ਤੇ ਕਾਲੀ ਸਰਕਾਰ ਬਣ ਕੇ ਤੇ ਮੈਂ ਵਜ਼ੀਰ ਬਣਾਂ ਮੈਂ ਇਹ ਨਹੀਂ ਪ੍ਰਧਾਨਗੀ ਤੋਂ ਕੀ ਲੈਣਾ ਇਸ ਕਰਕੇ ਉਹ ਸੁਖਵੀਰ ਸਿੰਘ ਦੀ ਵਫਾਦਾਰ ਰਹੀ ਉਸੇ ਵੇਲੇ ਬੀਬੀ ਨੇ ਕਹਿ ਦਿੱਤਾ ਜੀ ਵੀ ਜੇ ਤੁਸੀਂ ਮੈਨੂੰ ਆਪਣਾ ਕੈਂਡੀਡੇਟ ਨਹੀਂ ਬਣਾਉਂਦੇ ਤੇ ਮੈਂ ਚਾਹੀ ਚੋਣ ਲੜਾਂਗੇ ਤੁਹਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਸਮਰੀਜ਼ ਸਿੰਘ ਮਾਨ ਉਹਨਾਂ ਦੇ ਬੰਦਿਆਂ ਨਾਲ ਵੀ ਮੀਟਿੰਗ ਕੀਤੀ ਆ ਵੀਰ ਸਿੰਘ ਦਾ ਜਿਹੜਾ ਨਾਂ ਹੈ ਸ਼ਰੂਮਣੀ ਅਕਾਲੀ ਦਲ ਜਿਹੜਾ ਅੱਗੇ ਕਰਕੇ ਤੇ ਜਗੀਰ ਕੌਰ ਨੂੰ ਟੱਕਰ ਦੇਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰੇ ਆ ਇਹ ਜਿਹੜੀ ਚਾਲ ਆ ਸੁਖਵੀਰ ਸਿੰਘ ਦੀ 100 ਸਾਲ ਦੀ ਐਸਪੀਸੀ ਦੇ ਇਤਿਹਾਸ ਵਿੱਚ ਅੱਜ ਤੱਕ ਕਦੀ ਕੋਈ ਦਲਤ ਜਿਹੜਾ ਹੈਗਾ ਉਹ ਪ੍ਰਧਾਨ ਨਹੀਂ ਬਣਿਆ ਕਹਿੰਦੇ ਨੇ ਕਿ ਲਫਾਪਾ ਨਿਕਲਦਾ ਪ੍ਰਧਾਨਗੀ ਦਾ ਇਹ ਗੱਲ ਦੇ ਵਿੱਚ ਕਿੰਨੇ ਕੁ ਸਜੇ ਬੀਬੀ ਜ਼ਗੀਰ ਕੌਰ ਇੱਕ ਪਾਸੇ ਨੇ ਐਸਜੀਪੀਐਸ ਵੀ ਹੁਣ ਦੂਜੇ ਪਾਸੇ ਆ ਗੱਲ ਇਹ ਆ ਕਿ ਜਿਹੜਾ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਸਾਰੇ ਮੈਂਬਰਾਂ ਨੂੰ ਸਾਧਦਾ ਥੋੜੇ ਮੈਂਬਰਾਂ ਦੀ ਜਿਹੜੀ رائے ਲੈਂਦੇ ਨੇ ਤੁਹਾਇ ਸਾਹਬ ਹੁੰਦਾ ਸੀਗਾ ਵੀ ਜਿਹੜੀ ਦਾਦਾ ਗਰੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚਲਦੀ ਆ ਹਵਾ ਤਲਫਾ ਵਿੱਚੋਂ ਨਿਕਲਣਾ ਉਹ ਗੱਲ ਹੈਗੀ ਸੀਗੀ ਬਾਕੀ ਡੈਮੋਕ੍ਰੇਸੀ ਦੇ ਡਿਕਟੇਟਰਸ਼ਿਪ ਆ ਗਈ ਜਨਾ ਜੀ ਉਹਨੂੰ ਤੋੜਨ ਵਾਸਤੇ ਬੀਬੀ ਜ਼ਗੀਰ ਕੁਰ ਨੂੰ ਆਪਣੀ ਬਲੀ ਦੇਣੀ ਚਾਹੀਦੀ ਆ ਕਾਦੀ ਵੀ ਅਕਾਲੀ ਦਲ ਦਾ ਪ੍ਰਧਾਨ ਹੈ ਜੁਰਤ ਨਾ ਕਰੇ ਕਿ ਮੈਂ ਜਿਹੜਾ ਹੈਗਾ ਨਾ ਜੇ ਜਿੰਨੂੰ ਕਹਾਂਗਾ ਉਹੀ ਪ੍ਰਧਾਨ ਬਣੇਗਾ ਦੂਜਾ ਕੋਈ ਪ੍ਰਧਾਨ ਨਹੀਂ ਬਣੇਗਾ ਅਗਰ ਬੀਬੀ ਜ਼ਗੀਰ ਕੌਰ ਜਿੱਤਦੀ ਹੈ ਤੇ ਸੁਖਬੀਰ ਸਿੰਘ ਬਾਦਲ ਦਾ ਸਫਾਇਆ ਹੋ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਫੈਕਟਿਵਸ ਤੇ तमाम ਦਰਸ਼ਕਾਂ ਦਾ ਮੈਂ ਤੁਹਾਡੇ ਨਾਲ ਮਨਪ੍ਰੀਤ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਹੁਣ ਬੀਬੀ ਜ਼ਗੀਰ ਕੌਰ ਦੇ ਨਾਲ ਦੋਮਾ ਦਾ ਪੇਚ ਫਸਦਾ ਜਾ ਰਿਹਾ ਮਸਲਾ ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦਾ ਬੀਬੀ ਜਗੀਰ ਕੌਰ ਸਾਹਿਬ ਕਾ ਪਰਦਾਨ ਨੇ ਪਰ ਹੁਣ ਫੇਰ ਇੱਛਾ ਪ੍ਰਗਟਾਰੇ ਨੇ ਕਿ ਮੈਂ ਦੁਬਾਰਾ ਪ੍ਰਧਾਨ ਬਣ ਚਾਹੁੰਦੇ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਐਸਜੀਪੀਸੀ ਦੇ ਨਾਲ ਥੋੜਾ ਬਹੁਤਾ ਬਵਾਲ ਹੁੰਦਾ ਹੋਇਆ ਵੀ ਨਚਰਾ ਰਿਹਾ ਸੋ ਇਸੇ ਕਰਕੇ ਅਸੀਂ ਸਾਰੀਆਂ ਗੱਲਾਂ ਜਾਣਨ ਦੇ ਲਈ ਪਹੁੰਚੇ ਅੱਜ ਐਸਜੀਪੀਸੀ ਮੈਂਬਰ ਗੁਰਪ੍ਰਤਾਪ ਸਿੰਘ ਉਹਨਾਂ ਦੇ ਕੋਲ ਤਾਂ ਜੋ ਪਤਾ ਲਗਾਇਆ ਜਾਵੇ ਕਿ ਵਿਚ ਦੀ ਗੱਲ ਕਹਾਣੀ ਕੀ ਹੈ ਸੋ ਭਾਈ ਸਾਹਿਬ ਬਹੁਤ ਸਵਾਗਤ ਹੈ ਜੀ ਵਾਈ ਕਾਲਾ ਵਾਈ ਗੁਰਜੀ ਕੀਪਟੇ ਵੀਰ ਜੀ ਐਸਟਰਾ ਹੈਗਾ ਕਿ ਇਹ ਜਿਹੜੀ ਚੋਣ ਆ ਇਹ ਕਿਉਂ ਹੋ ਰਹੀ ਆ ਕਿਤ ਤਰ੍ਹਾਂ ਹੋ ਰਹੀ ਆ ਇਹਦੇ ਵਿੱਚ ਪਛੋਕਰ ਦੇ ਜਾਣ ਦੀ ਲੋੜ ਹੈ ਕਿ ਜਦੋਂ ਅੰਗਰੇਜ਼ਾਂ ਨੇ ਇਹ ਵੇਖ ਲਿਆ ਕਿ ਇਹ ਡਾਂਗਾ ਨਾਲ ਇਹ ਗੋਲੀਆਂ ਨਾਲ ਇਹ ਤੋਪਾਂ ਨਾਲ ਇਹਨਾਂ ਦੀ ਜਾਇਦਾਦ ਕੋਰ ਕਰਕੇ ਇਹਨਾਂ ਨੂੰ ਕਾਲੇ ਪਾਣੀ ਘੱਲ ਕੇ ਜਾਂ ਇਹਨਾਂ ਨੂੰ ਭਾਈ ਸਾਹਿਬ ਜੀ ਸਖਤ ਸਖਤ ਸਜ਼ਾਵਾਂ ਦੇ ਕੇ ਵੀ ਉਹ ਕੁਝ ਨਹੀਂ ਵਿਗਾੜ ਸਕੇ ਔਰ ਇਸ ਸੱਚ ਤੇ ਹੱਕ ਦੇ ਵਾਸਤੇ ਜਿਹੜਾ ਸਿੱਖ ਹੈਗਾ ਇਹ ਲੜਦਾ ਰਿਹਾ ਉਹਨਾਂ ਨੇ ਆਪਣੀ ਜਿਹੜੀ ਨੀਤੀ ਸੀ ਪਾੜੋ ਦੇ ਰਾਜ ਕਰੋ ਉਹਦੇ ਅਨੁਸਾਰ ਇਹ ਜਿਹੜੀ ਐਸਪੀਸੀ ਹੈ ਉਹ ਸਿੱਖਾਂ 'ਚ ਦਿੱਤੀ ਔਰ ਜਿਸ ਵળે ਇਹ ਐਸਪੀਸੀ ਬਣੀ ਆ ਉਸ ਵળે ਜਿਹੜਾ ਅੰਮ੍ਰਿਤਸਰ ਸਾਹਿਬ ਹੈ ਉਹਦਾ ਜਿਹੜਾ ਡੀਸੀ ਸੀਗਾ ਉਹ ਅੰਗਰੇਜ਼ ਸੀਗਾ ਉਹਨੇ ਆਪਣੇ ਕਿਤਾਬ ਵਿੱਚ ਲਿਖਿਆ ਹੈ ਕਿ ਅਸੀਂ ਸਿੱਖਾਂ ਦੇ ਗਾਲ ਵਿੱਚ ਦੇਹਾ ਪਾ ਦਿੱਤਾ ਹੈ ਆਪਣਾ ਮਾਝੇ ਵਿੱਚ ਅਸੀਂ ਜਿਹੜਾ ਡੰਗਰ ਜਾਦਾ ਭੱਜੇ ਡੱਠੇ ਜਾ ਕਿਸੇ ਫਸਲਾ 'ਚ ਭੱਜ ਕੇ ਜਾਵੇ ਉਹਦੇ ਗਾਲ ਵਿੱਚ ਮੰਜੇ ਦਾ ਪਾਵਾ ਪਾਦਨੇ ਤਾਂਕਿ ਉਹਦੇ ਗੋਡਿਆਂ ਤੇ ਵੱਜੇ ਔਰ ਉਹ ਜਿਹੜਾ ਹੈਗਾ ਭੱਜ ਨਾ ਅੱਠ ਜਿਹੜੀ ਆ ਉਹ ਨਾ ਕਰ ਸਕੇ ਉਹ ਕਹਿੰਦੇ ਆ ਹੀ ਸਿੱਖਾਂ ਦੇ ਗਾਲ ਵਿੱਚ ਡੇਹਾ ਪਾ ਦਿੱਤਾ ਜਦੋਂ ਇਹਨਾਂ ਦੇ ਗੋਡਿਆਂ ਤੇ ਵੱਜੇ ਤਾਂ ਇਹਨਾਂ ਨੂੰ ਸਮਝ ਆ ਜਾਏਗੀ ਜੇ ਅੱਜ ਉਹ ਸਾਡੇ ਗੋਡਿਆਂ ਉੱਤੇ ਵੱਜ ਰਿਹਾ ਹੈ ਔਰ ਸਾਨੂੰ ਜਿਹੜੀ ਹੈਗੀ ਆ ਉਹ ਦੁਫਾੜ ਕਰ ਰਿਹਾ ਹੈ ਉਹ ਇੱਕ ਦੂਜੇ ਦੇ ਖਿਲਾਫ ਬਗਾਵਤ ਦੀ ਗੱਲ ਕਰ ਰਿਹਾ ਇੱਕ ਦੂਜੇ ਦੇ ਖਿਲਾਫ ਬੋਲਣ ਦੀ ਗੱਲ ਕਰ ਰਿਹਾ ਇੱਕ ਦੂਜੇ ਦੇ ਨੁਕਸ ਕੱਢਣ ਦੀ ਗੱਲ ਕਰ ਰਿਹਾ ਇਸੇ ਤਰ੍ਹਾਂ ਜਦੋਂ ਪਹਿਲੀ ਵਾਰੀ ਇਲੈਕਸ਼ਨ ਹੋਈ ਹੈ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸਾਰੇ ਦੇ ਸਾਰੇ ਮੈਂਬਰ ਖੁਸ਼ ਸਨ ਸਾਰੇ ਦੇ ਸਾਰੇ ਜਫੀਆਂ ਪਾ ਰਹੇ ਸਨ ਸਾਰੇ ਦੇ ਸਾਰੇ ਇੱਕ ਦੂਜੇ ਨੂੰ ਵਧਾਈ ਦੇ ਰਹੇ ਸਨ ਪਰ ਮਾਸਟਰ ਤਾਰਾ ਸਿੰਘ ਜੀ ਗਮਗੀਨ ਸਨ ਸੋਚ ਰਹੇ ਸਨ ਵਿਚਾਰ ਰਹੇ ਸਨ ਔਰ ਇਸ ਖੁਸ਼ੀ ਦੇ ਵਿੱਚ ਸ਼ਾਮਲ ਨਹੀਂ ਸੀ ਹੋ ਰਹੇ ਉਹਨਾਂ ਨੂੰ ਮੈਂਬਰਾਂ ਨੇ ਪੁੱਛਿਆ ਜੀ ਤੁਸੀਂ ਸਾਡੇ ਕੋਲ ਗੁਰਦੁਆਰਾ ਦਾ ਪ੍ਰਬੰਧ ਆ ਗਿਆ ਹੈ ਅਸੀਂ ਗੁਰਦੁਆਰਾ ਨੂੰ ਸੁਧਾਰ ਕਰਾਂਗੇ ਅਸੀਂ ਖੋਲਿਆ ਹੈ ਅਸੀਂ ਮੋਰਚਾ ਜਿੱਤ ਲਿਆ ਹੈ ਲੇਕਿਨ ਤੁਸੀਂ ਕਿਉਂ ਗਮਗੀਨ ਜੇ ਤੁਸੀਂ ਕਿਉਂ ਸਾਡੀ ਖੁਸ਼ੀ ਵਿੱਚ ਸ਼ਾਮਲ ਨਹੀਂ ਹੋਣ ਦੇ ਤੇ ਮਾਸਟਰ ਤਾਰਾ ਸਿੰਘ ਨੇ ਜਿਹੜੀ ਗੱਲ ਕਹੀ ਸੀ ਉਹ ਗੱਲ ਹੁਣ ਪਿਛਲੇ 10 15 20 ਸਾਲ ਤੋਂ ਸਾਬਤ ਹੋ ਰਹੀ ਆ ਕਿ ਉਹਨਾਂ ਮਹੰਤਾਂ ਨੂੰ ਤੇ ਅਸੀਂ ਡੰਡੇ ਖਾ ਕੇ ਗੋਲੀਆਂ ਖਾ ਕੇ ਜਾਨਵਾਰ ਕੇ ਗੁਰਦੁਆਰਾ ਸਾਹਿਬਨ ਦੇ ਵਿੱਚੋਂ ਕੱਢ ਦਿੱਤਾ ਹੈ ਤੇ ਇਹਨਾਂ ਮਹੰਤਾਂ ਨੂੰ ਜਿਹੜੇ ਹੁਣ ਚੁਣੇ ਗਏ ਨੇ ਇਹਨਾਂ ਨੂੰ ਕੌਣ ਕੱਢੇਗਾ ਅੱਜ ਤੁਸੀਂ ਵੇਖ ਲਓ ਅੱਜ ਮਾਸਟਰ ਤਾਰਾ ਸਿੰਘ ਦੀ ਗੱਲ ਵੀ ਜਿਹੜੀ ਸੱਚ ਹੋ ਰਹੀ ਆ ਬੀਬੀ ਜਗੀਰ ਕੌਰ ਜੀ ਜਿਹੜੇ ਨੇ ਬਹੁਤ ਸਹੀ ਸਮੇਂ ਦੇ ਉੱਤੇ ਸਟ੍ਰਾਈਕ ਕਰਦੇ ਨੇ ਉਹਨਾਂ ਦੀ ਇੱਕ ਇੱਕ ਖੂਬੀ ਹੈ ਕਿ ਪਿਛਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਧਾਮੀ ਸਾਹਿਬ ਦਾ ਨਾਮ ਪ੍ਰਪੋਜ਼ ਕੀਤਾ ਉਹ ਉਦੋਂ ਵੀ ਚੋਣ ਲੜਨ ਨੂੰ ਤਿਆਰ ਸਨ ਪਰ ਉਹਦੇ ਪਿਛਲੇ ਪਨੇ ਕੀ ਕਾਰਨ ਨੇ ਇਹ ਮੈਂ ਤੁਹਾਡੇ ਸਾਹਮਣੇ ਰੱਖਣੇ ਚਾਹਣਾ ਕਿ ਉਸ ਵੇਲੇ ਉੱਤਰਕਾਟੋ ਮੈਂ ਚੜਾਂ ਕਾਂਗਰਸ ਹੁਜੀ ਸੀ ਤੇ ਉਹ ਉੱਤਰ ਦੀ ਅਕਾਲੀ ਆ ਜਾਂਦੇ ਸੀ ਇਸੇ ਤਰ੍ਹਾਂ ਦਾ ਕਿ ਕਾਂਗਰਸ ਜਾ ਰਹੀ ਹੈ ਕੈਪਟਨ ਨੂੰ ਕੱਢ ਦਿੱਤਾ ਸਾਰਾ ਕੁਝ ਹੈ ਹੁਣ ਅਕਾਲੀ ਜਿਹੜੇ ਨੇ ਉਹਨਾਂ ਦੀ ਗਵਰਨਮੈਂਟ ਬਣਨੀ ਹੈ ਔਰ ਮੈਨੂੰ ਪੁਲਸ ਤੋਂ ਟਿਕਟ ਨਹੀਂ ਦੇਣੀ ਜਿਵੇਂ ਐਸਪੀਸੀ ਦੀ ਪ੍ਰਧਾਨ ਬਣ ਕੇ ਤੇ ਮੈਂ ਜੇ ਉੱਥੋਂ ਜਿੱਤ ਗਈ ਅਕਾਲੀ ਸਰਕਾਰ ਬਣ ਗਈ ਤੇ ਮੈਂ ਵਜ਼ੀਰ ਬਣਾਂ ਮੈਂ ਇਹ ਪ੍ਰਧਾਨਗੀ ਤੋਂ ਕੀ ਲੈਣਾ ਇਸ ਕਰਕੇ ਉਹ ਸ਼ਖਬੀਰ ਸਿੰਘ ਦੀ ਵਫਾਦਾਰ ਰਹੀ ਸ਼ਖਬੀਰ ਸਿੰਘ ਦੇ ਕਹਿਣ ਦੇ ਉੱਤੇ ਧਾਮੀ ਸਾਹਿਬ ਦਾ ਨਾਮ ਪ੍ਰਪੋਜ਼ ਕੀਤਾ ਔਰ ਕੋਈ ਉਸੇ مخالਫਤ ਨਹੀਂ ਕੀਤੀ ਹੁਣ ਬੀਬੀ ਜਗੀਰਕੌਰ ਤੁਹਾਨੂੰ ਪਤਾ ਹੈ ਕਿ ਕਾਲੂ ਸਾਹਿਬ ਦੇ ਘਰ ਗਈ ਸੀ ਘਰ ਗਈ ਉੱਥੇ ਚੰਦੂ ਮਾਜਰਾ ਸਾਹਿਬ ਬਾਕੀ ਸਾਰੇ ਜਿਹੜੇ ਅਲਾਈ ਸਾਰੇ ਸਾਰੇ ਜਿਹਨੇ ਲੀਡਰਾ ਉਥੇ ਇਕੱਠੇ ਹੋਏ ਕਰਦਿਆਲ ਸਿੰਘ ਪਜੌਲੀ ਸੀ ਹੋਰ ਸਾਰੇ ਸੀਗੇ ਉਹਦੇ ਵਿੱਚ ਇਹਨਾਂ ਨੇ ਇੱਕ ਮਤਾ ਪਾਸ ਕੀਤਾ ਸੀ ਉਸ ਮੀਟਿੰਗ ਦੇ ਵਿੱਚ ਜੀ ਦਾ ਪਤਾ ਜਿਹੜੀ ਜਨਤਾ ਨੂੰ ਉਦੋਂ ਲੱਗਿਆ ਜਦੋਂ ਬੀਬੀ ਜ਼ਗੀਰਕੌਰ ਨੇ ਕਿਹਾ ਕਿ ਇਸ ਮੀਟਿੰਗ ਤੇ ਸ਼ਾਮਲ ਮੇਰੀ ਸ਼ਾਮਲ ਹੋਣ ਦੀ ਜਿਹੜੀ ਖਬਰ ਆ ਉਹ ਬਾਹਰ ਨਾ ਕੱਢੀ ਜਾਵੇ ਉੱਥੇ ਉਹਨਾਂ ਨੇ ਕਿਹਾ ਸੀ ਵੀ ਜੇ ਬੀਬੀ ਜ਼ਗੀਰਕੌਰ ਨੂੰ ਉੱਤੇ ਸਹਿਮਤੀ ਹੁੰਦੀ ਆ ਤੇ ਫੇਰ ਅਸੀਂ ਆਪਣਾ ਕੈਂਡੀਡੇਟ ਖੜਾ ਨਹੀਂ ਕਰਾਂਗੇ ਅਕਾਲੀ ਦਲ ਦੇ ਖਿਲਾਫ ਨੀਤੇ ਅਸੀਂ ਆਪਣਾ ਕੈਂਡੀਡੇਟ ਖੜਾ ਕਰਾਂਗੇ ਔਰ ਇਹ ਚੋਣ ਜਿਹੜੀ ਹੈਗੀ ਅਸੀਂ ਪੂਰੇ ਯੋਰ ਨਾਲ ਲੜਾਂਗੇ ਉਹ ਜਿਹੜੀ ਗੱਲ ਹੈਗੀ ਆ ਬੀਬੀ ਜ਼ਗੀਰਕੌਰ ਨੇ ਮੈਂਬਰਾਂ ਦੇ ਨਾਲ ਜਾ ਕੇ ਸੰਪਰਕ ਕਰਨਾ ਸ਼ੁਰੂ ਕੀਤਾ ਔਰ ਪਤਾ ਨਹੀਂ ਸੁਖਬੀਰ ਜੀ ਨੇ ਉਹਨਾਂ ਨੂੰ ਸੱਦਿਆ ਕਿ ਨਹੀਂ ਸੱਦਿਆ ਲੇਕਿਨ ਉਹ ਉਹਨਾਂ ਦੇ ਘਰ ਗਏ ਔਰ ਜਾ ਕੇ ਬੜੇ ਪਿਆਰ ਨਾਲ ਬੜੇ ਨਿਮਰਤਾ ਨਾਲ ਇੱਕ ਚੰਗੇ ਮਤਲਬ ਜਿਹੜਾ ਹੈਗਾ ਅਕਾਲੀ ਦਲ ਦੇ ਵਰਕਰ ਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਦੇਖੋ ਸੁਖਬੀਰ ਜੀ ਮੈਂ ਪਾਰਟੀ ਦੀ ਵਫਾਦਾਰ ਹਾਂ ਮੈਂ ਪਾਰਟੀ ਲਈ ਕੰਮ ਕੀਤਾ ਹੈ ਮੈਂ ਤੁਹਾਡਾ ਇਸਤਰੀ ਅਕਾਲੀ ਦਲ ਸੰਭਾਲ ਕੇ ਰੱਖਿਆ ਹੈ ਮੈਂ ਅੱਜ ਤੱਕ ਆਪਣਾ ਜਿਹੜਾ ਹੈਗਾ ਕਿਸੇ ਹੋਰ ਜਿਹੜੀ ਪਾਰਟੀ ਅਕਾਲੀ ਦਲ ਦੀ ਹੈਗੀ ਆ ਉਹਦੇ ਨਾਲ ਕੋਈ ਸੰਪਰਕ ਨਹੀਂ ਹੈ ਮੇਰਾ ਤੇ ਮੈਂ ਚਾਹੁੰਨੀ ਆ ਕਿ ਮੈਨੂੰ ਸੇਵਾ ਦਿੱਤੀ ਜਾਵੇ ਮੇਰਾ ਨਾਮ ਜਿਹੜਾ ਹੈਗਾ ਉੱਥੇ ਪ੍ਰਪੋਜ਼ ਕੀਤਾ ਜਾਵੇ ਜੋ ਸੁਖਬੀਰ ਜੀ ਨੇ ਅੱਗੋਂ ਕੋਸ਼ਿਸ਼ ਨਹੀਂ ਕੀਤਾ ਕੋਈ ਬੋਲੇ ਨਹੀਂ ਨਾ ਹਾਂ ਕੀਤੀ ਨਾ ਨਾ ਕੀਤੀ ਉਸੇ ਵੇਲੇ ਬੀਬੀ ਨੇ ਕਹਿ ਦਿੱਤਾ ਜੀ ਵੀ ਜੇ ਤੁਸੀਂ ਮੈਨੂੰ ਆਪਣਾ ਕੈਂਡੀਡੇਟ ਨਹੀਂ ਬਣਾਉਂਦੇ ਤੇ ਮੈਂ ਚਾਹੀ ਚੋਣ ਲੜਾਂਗੀ ਤੁਹਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਹੁਣ ਬੀਬੀ ਜ਼ਗੀਰਕੋਟ ਦੇ ਜਿਹੜਾ ਹੈਗਾ ਤੁਹਾਨੂੰ ਪਤਾ ਉਹਨਾਂ ਨੇ ਢੀਂਗਸਾ ਸਾਹਿਬ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਰਵਿੰਦਰ ਨਾਲ ਵੀ ਮੀਟਿੰਗ ਕੀਤੀ ਆ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਬੰਦਿਆਂ ਨਾਲ ਵੀ ਮੀਟਿੰਗ ਕੀਤੀ ਆ ਔਰ ਜਿਹੜਾ ਇਹ ਉਹਨਾਂ ਦਾ ਅਕਾਲੀ ਦਲ ਦੇ ਜਿਹੜਾ ਖਲਾਫ ਅਕਾਲੀ ਦਲ ਤੋਂ ਜਿਹੜਾ ਨਰਾਜ਼ ਐਸਪੀਸੀ ਮੈਂਬਰ ਆ ਉਹਨਾਂ ਨਾਲ ਵੀ ਮੀਟਿੰਗ ਕੀਤੀ ਆ ਅੱਜ ਸੁਖਬੀਰ ਸਿੰਘ ਜੀ ਨੇ ਵੀ ਕੱਲ ਸੰਤ ਬਲਬੀਰ ਸਿੰਘ ਸੁੰਜੜੇ ਨੇ ਜਿਹੜੇ ਐਮਐਲਏ ਵੀ ਰਹੇ ਨੇ ਅੱਜ ਕੱਲ ਮੈਂਬਰ ਵੀ ਨੇ ਉਹਨਾਂ ਨਾਲ ਤਕਰੀਬਨ ਡੇਢ ਘੰਟਾ ਬੰਦ ਕਮਰੇ ਦੇ ਵਿੱਚ ਜਿਹੜੀ ਆ ਮੀਟਿੰਗ ਕੀਤੀ ਆ ਹੋ ਸਕਦਾ ਧਾਮੀ ਸਾਹਿਬ ਦੀ ਜਗਾ ਬਲਬੀਰ ਸਿੰਘ ਦਾ ਜਿਹੜਾ ਨਾਂ ਐ ਸ਼ਰੂਮਣੀ ਅਕਾਲੀ ਦਲ ਜਿਹੜਾ ਅੱਗੇ ਕਰਕੇ ਤੇ ਜਗੀਰ ਕੌਰ ਨੂੰ ਟੱਕਰ ਦੇਣ ਦੀ ਜਿਹੜੀ ਹੈਗੀ ਆ ਕੋਸ਼ਿਸ਼ ਕਰੇ ਔਰ ਜਿਹੜੀ ਇਹ ਇਹ ਜਿਹੜੀ ਚਾਲ ਹੈ ਸੁਖਬੀਰ ਸਿੰਘ ਜੀ 100 ਸਾਲ ਦੀ ਐਸਡੀਪੀਸੀ ਦੇ ਇਤਿਹਾਸ ਵਿੱਚ ਅੱਜ ਤੱਕ ਕਦੀ ਕੋਈ ਦਲਤ ਜਿਹੜਾ ਹੈਗਾ ਉਹ ਪ੍ਰਧਾਨ ਨਹੀਂ ਬਣਿਆ ਸਾਰੇ ਦੇ ਸਾਰੇ ਜਿਹੜੇ ਨੇ ਉਹ ਜਰਨਲ ਤੋਂ ਮੜੇ ਨੇ ਤੇ ਉਹ ਚਾਹੁੰਦੇ ਨੇ ਕਿ ਕਸੂਨ ਜਿਹੜੇ ਹੈਗੇ ਨੇ ਉਹ ਦਲਤ ਨੇ ਇਸ ਕਰਕੇ ਦਲਤ ਦਾ ਪੱਤਾ ਜਿਹੜਾ ਹੈਗਾ ਉਹ ਖੇਡਿਆ ਜਾਵੇ ਅੱਛਾ ਪਪੀ ਇੱਕ ਹੋਰ ਬਹੁਤ ਬੜੀ ਗੱਲ ਆ ਹੁਣ ਤੱਕ ਚਰਚਾ ਦੇ ਵਿੱਚ ਰਹਿੰਦੀ ਜਦੋਂ ਵੀ ਐਜੀਪੀਸੀ ਦੀ ਚੋਣ ਹੁੰਦੀ ਆ ਹਰ ਵਾਰ ਇਹੀ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਵੱਡੇ ਛੋਟੇ ਸਾਰੇ ਇਹੀ ਗੱਲਾਂ ਕਹਿੰਦੇ ਨੇ ਕਹਿੰਦੇ ਨੇ ਕਿ ਲਫਾਫਾ ਨਿਕਲਦਾ ਪ੍ਰਧਾਨਗੀ ਦਾ ਇਹ ਗੱਲ ਦੇ ਵਿੱਚ ਕਿੰਨੇ ਕੁ ਸਜੇ ਬੀਬੀ ਜ਼ਗੀਰ ਕਾ ਔਰ ਇੱਕ ਪਾਸੇ ਨੇ ਐਜੀਪੀਸੀ ਹੁਣ ਦੂਜੇ ਪਾਸੇ ਆ ਨਹੀਂ ਇਸ ਤਰ੍ਹਾਂ ਹੈਗਾ ਜੀ ਲਫਾਫਾ ਜਿਹੜਾ ਹੈਗਾ ਨਾ ਕੋਈ ਹੋ ਜਾ ਲਫਾਫਾ ਦੇਖੋ ਮੈਂ 4 ਤੋਂ ਲੈ ਕੇ 11 ਤੱਕ ਮੈਂਬਰ ਰਿਹਾ ਔਰ ਕੋਈ ਸਾਡੇ ਸਾਹਮਣੇ ਉਹ ਜਿਹਾ ਲਫਾਫਾ ਨਹੀਂ ਨਿਕਲਦਾ ਗੱਲ ਇਹ ਆ ਕਿ ਜਿਹੜਾ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਉਹ ਸਾਰੇ ਮੈਂਬਰਾਂ ਨੂੰ ਸਾਧਦਾ ਥੋੜੇ ਮੈਂਬਰਾਂ ਦੀ ਜਿਹੜੀ رائے ਲੈਂਦੇ ਨੇ ਉਹਨਾਂ ਨੂੰ ਪੁੱਛਦੇ ਨੇ ਕਿ ਨੂੰ ਪ੍ਰਧਾਨ ਬਣਾਉਣਾ ਲੇਕਨ ਉਹ ਇੱਕ ਨਾਂ ਜਿਹੜਾ ਹੈਗਾ ਕਿਸੇ ਨੂੰ ਪ੍ਰਪੋਜ਼ ਕੀਤਾ ਪਿਛਲੀ ਵਾਰੀ ਬੀਬੀ ਜ਼ਗੀਰਕੌਰ ਨੂੰ ਜਿਹੜੀ ਡਿਊਟੀ ਦਿੱਤੀ ਸੀ ਵੀ ਤੁਸੀਂ ਧਾਮੀ ਸਾਹਿਬ ਦਾ ਨਾਂ ਪ੍ਰਪੋਜ਼ ਕਰਨਾ ਤੁਸੀਂ ਸੈਕੰਡ ਕਰਨਾ ਹੈ ਔਰ ਆ ਆ ਬੰਦੇ ਜਿਹੜੇ ਨੇ ਇਹ ਜਿਹੜੇ ਹੈਗੇ ਨੇ ਸੈਕਟਰੀ ਬਣਨਗੇ ਹੁਣ ਤੁਸੀਂ ਦੇਖੋ ਕਰਨੈਲ ਸਿੰਘ ਪੰਜਾਬੀ ਜਿਹੜਾ ਨੋਮੀਨੇਟਡ ਹੈ ਇਲੈਕਟਡ ਮੈਂਬਰ ਨਹੀਂ ਹੈ ਉਹ ਜਨ ਸੈਕਟਰੀ ਆ ਇਸੇ ਤਰ੍ਹਾਂ ਕਿਰਪਾਲ ਸਿੰਘ ਬਡੂਂਗਰ ਜਦੋਂ ਕਿ 170 75 ਆਦਮੀ ਜਿਹੜੇ ਚੁਣੇ ਹੋਏ ਸੀ ਸਾਡੇ ਵੇਲੇ ਉਹਨਾਂ ਨੂੰ ਭਾਈ ਸਾਹਿਬ ਨੇ ਜਿਹੜਾ ਹੈਗਾ ਪ੍ਰਧਾਨ ਬਣਾ ਦਿੱਤਾ ਕੋ ਨੋਮੀਨੇਟਡ ਮੈਂਬਰ ਸੀਗੇ ਜਿਹੜਾ ਕਿ ਸੰਵਿਧਾਨ ਵਿੱਚ ਹੈ ਹੀ ਨਹੀਂ ਇਥੋਂ ਇਹ ਸਾਬਤ ਹੁੰਦਾ ਸੀਗਾ ਵੀ ਇਹ ਜਿਹੜੀ ਦਾਦਾਗਰੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚਲਦੀ ਆ ਔਰ ਉਹ ਜਿਹੜਾ ਇੱਕ ਕਹਾਵਤ ਲਫਾਫੇ ਤੋਂ ਨਿਕਲਣਾ ਉਹ ਗੱਲ ਹੈਗੀ ਸੀਗੀ ਬਾਕੀ ਕੋਈ ਲਫਾਫਾ ਨਹੀਂ ਉੱਥੇ ਆਉਂਦਾ ਨਾ ਕੋਈ ਹੋਜੀ ਗੱਲ ਸੀਗੀ ਅੱਛਾ ਸੁਖਪਾਲ ਸਿੰਘ ਖੈਰਾ ਕਹਿੰਦੇ ਨੇ ਕਹਿੰਦੇ ਕਿ ਹੁਣ ਇਹ ਚੋਣਾਂ ਦੇ ਵਿੱਚੋਂ ਹਾਰੇ ਨੂੰ ਸੁਖਪਾਲ ਸਿੰਘ ਖੈਰਾ ਤੋਂ ਬੀਬੀ ਜ਼ਗੀਰ ਕਰੋ ਕਹਿੰਦੇ ਬੀਜੇਪੀ ਦੀ ਚਾਲ ਹੋ ਸਕਦੀ ਆ ਇਸ ਤਰ੍ਹਾਂ ਹੈਗਾ ਜੀ ਸੁਖਪਾਲ ਸਿੰਘ ਖੈਰਾ ਜੋ ਮਰਜ਼ੀ ਕਹਿ ਸਕਦਾ ਹੈ ਸੁਖਪਾਲ ਸਿੰਘ ਖੈਰਾ ਦਾ ਜਿਹੜਾ ਆਪਣਾ ਕੈਰੈਕਟਰ ਕੀ ਆ ਤੁਸੀਂ ਵੇਖਿਆ ਹੀ ਆ ਤੁਹਾਡੇ ਸਾਹਮਣੇ ਜਿਹੜਾ ਕਾਂਗਰਸ ਨੂੰ ਗਾਲਾਂ ਕੱਢਦਾ ਸੀ ਜਿਹੜਾ ਕਾਂਗਰਸ ਦੇ ਵਜ਼ੀਰਾਂ ਦੇ ਖਿਲਾਫ ਬੋਲਦਾ ਸੀ ਹਾਂਜੀ ਜਿਹੜਾ ਆਪ ਨਾਲੋਂ ਚੋਣ ਲੜਿਆ ਸੀ ਆਪ ਦਾ ਆਪੋਜੀਸ਼ਨ ਲੀਡਰ ਬਣਿਆ ਸੀ ਉਹ ਆਪ ਨੂੰ ਛੱਡ ਕੇ ਫਿਰ ਕਾਂਗਰਸ ਦੇ ਵਿੱਚ ਚਲਾ ਗਿਆ ਤੁਸੀਂ ਇਸ ਕਰਕੇ ਦੱਸਣਾ ਕਿ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਜਾਂ ਤੇ ਉਹ ਐਸਪੀਸੀ ਦੇ ਮੈਂਬਰ ਆ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਜਾਂ ਉਹ ਅਕਾਲੀ ਦਲ ਦੇ ਨੇ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਜਾਂ ਉਹ ਸਾਬਤ ਸੂਰਤ ਸਿੱਖ ਨੇ ਤਾਂ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਉਹਨਾਂ ਨੂੰ ਕੋਈ ਹੱਕ ਨਹੀਂ ਆ ਉਹ ਤੇ ਲੱਤ ਪਸਾ ਰਹੇ ਨੇ हां जी और कोई गल नहीं हैगी अच्छा दूसरी गल ये भी है जी जिस तरीके ਤੁਸੀਂ ਕਹਿੰਦੇ ਹੋ ਕਿ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਪ੍ਰਧਾਨ ਸਾਹਿਬ ਸ਼ਰਮਣੀ ਅਕਾਲੀ ਦਲ ਦੇ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਸਹਿਮਤੀ ਪ੍ਰਗਟਾਉਂਦੇ ਨੇ ਫਿਰ ਠੀਕ ਹੈ ਨਹੀਂ ਉਹਨਾਂ ਤੋਂ ਉਲਟ ਹੋ ਕੇ ਫਿਰ ਉਹ ਚੋਣ ਮੈਦਾਨ ਦੇ ਵਿੱਚ ਖੜੇ ਹੋਣਗੇ ਫਿਰ ਤਾਂ ਅਕਾਲੀ ਦਲ ਇੱਕ ਪਾਸੇ ਐ ਜੀਪ ਫਿਰ ਤਾਂ ਦੋ ਫਾੜ ਹੋ ਜੂਗੀ ਸਾਰੀ ਗੱਲ ਕਹਾਂਗੇ ਖੜੇ ਹੋਣਗੇ ਜੀ ਜਰੂਰ ਕਿਉਂਕਿ ਉਹਨਾਂ ਦੇ ਕੋਲ ਤਕਰੀਬਨ 70 ਮੈਂਬਰ ਜਿਹੜੇ ਉਹਨਾਂ ਦੀ ਸਪੋਰਟ ਉਹਨਾਂ ਨੂੰ 185 ਮੈਂਬਰ ਟੋਟਲ ਨੇ ਹੁਣ ਤੁਸੀਂ ਪੁੱਛੋਗੇ ਜੀ ਕਿ 185 ਦੇ ਵਿੱਚ 70 ਆਦਮੀਆਂ ਦੀ ਤਾਂ ਬਹੁਗੰਤੀ ਬੰਦੀ ਨਹੀਂ ਲੇਕਿਨ ਅਗਰ ਵੇਖਿਆ ਜਾਵੇ ਤੇ 28 ਮੈਂਬਰ ਜਿਹੜੇ ਨੇ ਇਸ ਟਿਨਿਓਰ ਦੇ ਵਿੱਚ 11 ਸਾਲਾਂ ਦੇ ਵਿੱਚ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਨੇ ਔਰ ਦੋ ਮੈਂਬਰ ਰੈਜ਼ਾਈਨ ਕਰ ਚੁੱਕੇ ਨੇ ਇਹਦਾ ਮਤਲਬ 155 ਮੈਂਬਰ ਬਚੇ 3 ਚੋਕਾੜ ਦਿੱਤੇ ਜਾਣ ਤੇ 155 ਵਿੱਚੋਂ 10 12 ਮੈਂਬਰ ਜਿਹੜੇ ਉਹ ਐਬਸੈਂਟ ਰਹਿਣਗੇ ਤੁਹਾਨੂੰ ਪਤਾ ਬੀਬੀ ਜ਼ਗੀਰਕੌਰ ਨੇ ਇੱਕ ਰਿਕਵੈਸਟ ਕੀਤੀ ਸੀ ਕਿ 9 ਦੀ ਬਜਾਏ 10 15 ਦਿਨ ਡੇਟ ਅੱਗੇ ਪਾਤੀ ਜਾਏ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਕੁਝ ਲੋਕ ਪਾਕਿਸਤਾਨ ਜਾਣ ਕੇ ਸਾਡੇ ਮੈਂਬਰ ਕੁਝ ਮੈਂਬਰ ਬਾਹਰ ਗਏ ਨੇ ਉਹਨਾਂ ਨੂੰ ਆਉਣ ਵਾਸਤੇ ਜਿਹੜਾ ਸਮਾਂ ਦੇਣਾ ਚਾਹੀਦਾ ਔਰ ਜਿਹੜਾ ਸੁਖਵੀਰ ਜੀ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਟੜੇ ਨੇ ਉਹਨਾਂ ਦੀ ਗੱਲ ਨਹੀਂ ਮੰਨੀ 9 ਤਰੀਕ ਨੂੰ ਜਿਹੜਾ ਉਹ ਪੱਕਾ ਕਰ ਦਿੱਤਾ ਇਸ ਕਰਕੇ ਜਿਹੜਾ ਹੈਗਾ ਜੇ 10 15 ਮੈਂਬਰ ਵੀ ਜਿਹੜੇ ਹੈਗੇ ਆ ਜਿਹੜੇ ਕਦੀ ਵੀ ਹਾਜ਼ਰ ਨਹੀਂ ਹੁੰਦੇ ਸਾਰੀ ਕਦੀ ਨਹੀਂ ਹੁੰਦੇ ਜੇ 15 ਮੈਂਬਰ ਹੋਰ ਹੀ ਕੱਢ ਦਿੱਤੇ ਜਾਣ ਤੇ 130 35 ਮੈਂਬਰ ਰਹਿ ਜਾਂਦੇ 130 35 ਮੈਂਬਰ ਦੇ ਵਿੱਚ ਬੀਬੀ ਜ਼ਗੀਰ ਕੋਰਲਾ ਜੱਤਣਾ ਜਿਹੜਾ ਉਹ ਸਭਾਵਕ ਆ ਇਸ ਕਰਕੇ ਉਹ ਪਿੱਛੇ ਨਹੀਂ ਹਟਣਗੇ ਅੱਛਾ ਫਿਰ ਅਕਾਲੀ ਦਲ ਹੁਣ ਜੇਕਰ ਆਪਾਂ ਦੇਖੀਏ ਚਲੋ ਅਕਾਲੀ ਦਲ ਤੋਂ ਇੱਕ ਪਾਸੇ ਐਕਲਜੀ ਤੇ ਦੂਜੇ ਪਾਸੇ ਧਾਮੀ ਦਾ ਕਾਰਜਕਾਲ ਵੀ ਰਿਹਾ ਹੁਣ ਤਾਂ ਉਹਨਾਂ ਦਾ ਪ੍ਰਭਾਵ ਕਿਹੋ ਜਿਹਾ ਰਹੇਗਾ ਬੀਬੀ ਜਗੀਰ ਕੌਰ ਉਹਨਾਂ ਤੋਂ ਵੀ ਹੁਣ ਉੱਪਰ ਚੱਲੇ ਨੇ ਹਾਲਾਂਕਿ ਉਹਨਾਂ ਤੋਂ ਪਿੱਛੇ ਪ੍ਰਧਾਨ ਸੀ ਦੋ ਵਾਰ ਖੈਰ ਰਹੇ ਨੇ ਪਰ ਹਜੇ ਵੀ ਹੱਥ ਦੇ ਵਿੱਚ ਉਹਨਾਂ ਦੀ ਮੋਟੀ ਪਾਵਰ ਹੈ ਨਹੀਂ ਜੀ ਇਸ ਤਰ੍ਹਾਂ ਹੈਗਾ ਹੈ ਜਿਹੜਾ ਡੈਮੋਕਰੇਸੀ ਹੈ ਨਾ ਜੀ ਉਹਦੇ ਵਿੱਚ ਵੋਟਾਂ ਦੀ ਗੱਲ ਚੱਲਦੀ ਆ ਉਹਦੇ ਵਿੱਚ ਹੱਥਾਂ ਖੜੇ ਕਰਨ ਦੀ ਗੱਲ ਚੱਲਦੀ ਆ ਉਹਦੇ ਵਿੱਚ ਬਹੁ ਗਿਣਤੀ ਦੀ ਗੱਲ ਚੱਲਦੀ ਆ ਉਹਦੇ ਵਿੱਚ ਕਿਸੇ ਵੀ ਆਦਮੀ ਦਾ ਮੇਰਾ ਖਿਆਲ ਇਹੋ ਜੀ ਗੱਲ ਨਹੀਂ ਵੇਖੀ ਜਾਂਦੀ ਹੁਣ ਤੁਸੀਂ ਦੇਖੋ ਨਾ ਜੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਿਹੜਾ ਡੈਮੋਕ੍ਰੇਸੀ ਦੇ ਵਿੱਚ 20% ਵਾਲਾ ਜਿਹੜਾ ਉਹ ਚੋਣ ਜਿੱਤ ਜਾਂਦਾ ਜਿਹੜੇ 80% ਵਾਲੇ ਉਹ ਚੋਣ ਹਾਰ ਜਾਂਦੇ ਕਿਉਂਕਿ ਉਹ ਬਹੁਤੇ ਨੇ ਉਹ ਕੱਲਾ ਹੈ ਹੁਣ ਇਸ ਕਰਕੇ ਦੇਖੋ ਨਾ ਜੀ ਜੇਬ ਫੜ ਕੀਤਾ ਕਿਸੇ ਨੂੰ ਜਿਹੜੇ 8 ਜਿਹੜੇ ਬੰਦੇ ਖੜੇ ਹੋਏ ਨੇ ਤੇ ਜੇ ਉਹ 7 ਆਦਮੀ ਇੱਕ ਇੱਕ ਵੋਟ ਲੈਂਦੇ ਨੇ ਉਹ 7 ਵੋਟਾਂ ਖਰਾਬ ਹੋ ਗਈਆਂ ਤੇ ਜੇ ਕੱਲਾ ਆਦਮੀ ਦੋ ਵੋਟਾਂ ਲੈਂਦਾ ਤਾਂ ਉਹ ਜਿੱਤ ਜਾਂਦਾ ਹੈ ਡੈਮੋਕ੍ਰੇਸੀ ਜਿਹੜੀ ਹੈ ਨਾ ਜੀ ਡੈਮੋਕ੍ਰੇਸੀ ਇਜ਼ ਟੋਏ ਇਨ ਚਾਈਲਡਸ ਹੈਂਡ ਹੀ ਮੇ ਬੀ ਪਲੇਅਰ ਹੀ ਮੇ ਬੀ ਡਿਸਟਰਾਇਬ ਅਸਲਿਕ ਗੱਲ ਹੋ ਰਹਾ ਤਾਂ ਹੁਣ ਮੰਨੀ ਹੈ ਇਸ ਨੂੰ ਕੀ ਮੰਨੀ ਹੈ ਕਿ ਐ ਜੀ ਪੀ ਸੀ ਤੇ ਬੀਬੀ ਜ਼ਗੀਰ ਕੌਰ ਦਾ ਅਮਨੋ ਸਾਹਮਣੇ ਪੇਚ ਫਸਿਆ ਹੋਇਆ ਬਿਲਕੁਲ ਜੀ ਹੋਣਾ ਚਾਹੀਦਾ ਹੈ ਇਹ ਚੰਗਾ ਸਾਈਨ ਹੈ ਬੀਬੀ ਜ਼ਗੀਰ ਕੌਰ ਨੂੰ ਖੜੇ ਹੋਣਾ ਚਾਹੀਦਾ ਹੈ ਬੀਬੀ ਜ਼ਗੀਰ ਕੌਰ ਨੂੰ ਲੜਨਾ ਚਾਹੀਦਾ ਹੈ ਤਾਕੇ ਜਿਹੜਾ ਮਤਲਬ ਡੈਮੋਕਰੇਸੀ ਦੇ ਡਿਕਟੇਟਰਸ਼ਿਪ ਆ ਗਈ ਹੈ ਨਾ ਜੀ ਉਹਨੂੰ ਤੋੜਨ ਵਾਸਤੇ ਬੀਬੀ ਜ਼ਗੀਰਕੌਰ ਨੂੰ ਆਪਣੀ ਬਲੀ ਦੇਣੀ ਚਾਹੀਦੀ ਆ ਅਸੀਂ ਉਹਰੇ ਨਾਲ ਸਹਿਮਤ ਆ ਤਾਂ ਕਿ ਅੱਗੇ ਨੂੰ ਕਦੀ ਵੀ ਅਕਾਲੀ ਦਲ ਦਾ ਪ੍ਰਧਾਨ ਇਹ ਜ਼ੁਰਤ ਨਾ ਕਰੇ ਕਿ ਮੈਂ ਜਿਹੜਾ ਹੈਗਾ ਨਾ ਜੀ ਜਿੰਨੂੰ ਕਹਾਂਗਾ ਉਹੀ ਪ੍ਰਧਾਨ ਬਣੇਗਾ ਦੂਜਾ ਕੋਈ ਪ੍ਰਧਾਨ ਨਹੀਂ ਬਣੇਗਾ ਔਰ ਇਸ ਚੋਣ ਦੇ ਨਾਲ ਅਗਰ ਬੀਬੀ ਜ਼ਗੀਰਕੌਰ ਜਿੱਤਦੀ ਆ ਤੇ ਸੁਖਬੀਰ ਸਿੰਘ ਬਾਦਲ ਦਾ ਸਫਾਇਆ ਹੋ ਜਾਵੇਗਾ ਔਰ ਜਿਹੜੀ ਬਗਾਵਤ ਥੋੜੀ ਥੋੜੀ ਸ਼ੁਰੂ ਹੋ ਰਹੀ ਹੈ ਇੱਕ ਭੰਬੜ ਬਣ ਕੇ ਸੁਖਵੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਤੇ ਦੇ ਰਿਸ਼ਤੇਦਾਰਾਂ ਨੂੰ ਜਿਹੜਾ ਹੈਗਾ ਘਰ ਪਠਾਣ ਵਾਸਤੇ ਇੱਕ ਵੱਡਾ ਕੰਮ ਕਰੇਗੇ ਅੱਛਾ ਅੰਕਲ ਜੀ ਕੇ ਵੀ ਗੱਲ ਹੈ ਸਿਮਰਨਜੀਤ ਸਿੰਘ ਮਾਨ ਜੀ ਕਰ ਗੱਲ ਕਰੀਏ ਹੁਣੇ ਹਜੇ ਉਪਚੋਣਾ ਜਿੱਤ ਕੇ ਆਏ ਨੇ ਸੰਗਰੂਰ ਦੀਆਂ ਲੋਕ ਸਭਾ ਦੀਆਂ ਤਾਂ ਉਹਨਾਂ ਦੀ ਵੀ ਕੋਈ ਭੂਮਿਕਾ ਰਹਿ ਸਕਦੀ ਹੈ ਇਸ ਸਮੇਂ ਉਹ ਵੀ ਤਾਂ ਕੁਛ ਨਾ ਕੁਛ ਐਕਸ਼ਨ ਦਿਖਾਉਣਗੇ ਨਹੀਂ ਜੀ ਇਸ ਤਰ੍ਹਾਂ ਹੈਗਾ ਕਿ ਸਿਮਰਤਜੀਤ ਸਿੰਘ ਮਾਨ ਇੱਕ ਗੱਲ ਲੈ ਕੇ ਚੱਲੇ ਨੇ ਉਹ ਗਰਮ ਗੱਲ ਕਰਦੇ ਨੇ ਤੇ ਗਰਮ ਜਲੀਏ ਜਿਹੜੇ ਹੁੰਦੇ ਨੇ ਮਗਰ ਨੇ ਪਰ ਵੀ ਉਹਨਾਂ ਨੂੰ ਪੁੱਛੋ ਹੁੰਦੇ ਦੀ ਕੋਈ ਪ੍ਰਾਪਤੀ ਕੀ ਆ ਅੱਜ ਤੱਕ ਕੀ ਪ੍ਰਾਪਤ ਕੀਤਾ ਆਪਾਂ ਨੇ ਕੀ ਆਪਾਂ ਚੰਡੀਗੜ੍ਹ ਲੈ ਸਕੇ ਆ ਕੀ ਪਾਣੀਆਂ ਦਾ ਕੋਈ ਮਸਲਾ ਹੱਲ ਕਰਾ ਸਕੇ ਆ ਕੀ ਅਸੀਂ ਪੰਜਾਬੀ ਬੋਲਦੇ ਜਿਹੜੇ ਇਲਾਕੇ ਲੈ ਸਕੇ ਆ ਕੀ ਅਸੀਂ ਪੁਲਿਸ ਨੂੰ ਸਹਾਰਾ ਕਰ ਸਕੇ ਆ ਕੀ ਅਸੀਂ ਜਿਹੜਾ ਹੈਗਾ ਆਪਣੇ ਜਿਹੜੇ ਸਾਡੇ ਜਿਹੜੇ ਸਾਡੇ ਨਿੱਜੀ ਕੰਮ ਨੇ ਜਿਹ ਸਾਡੇ ਆਪਣੇ ਗੁਰਦੁਆਰੇ ਨੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਜਿਹੜੀ ਹੈਗੀ ਆਰਐਸਐਸ ਦਾ ਜਿਹੜਾ ਕਬਜ਼ਾ ਹੁੰਦਾ ਜਾ ਰਿਹਾ ਉਹਨੂੰ ਦੂਰ ਕਰਾ ਸਕੇ ਆ ਜਾਂ ਅਸੀਂ ਆਪਣੀ ਆਜ਼ਾਦੀ ਜਿਹੜੀ ਹੈਗੀ ਆ ਉਹ ਲੈ ਸਕੇ ਆ ਤੋ ਇਹ ਜਿਹੜੀ ਗੱਲ ਹੈ ਨਾ ਜੇ ਇੱਕ ਐਮਪੀ ਬਣ ਜਾਣਾ ਜਾਂ ਕੋਈ ਗੱਲ ਕਰ ਦੇਣੀ ਕੋਈ ਵੱਡੀ ਗੱਲ ਨਹੀਂ ਹੈ ਉਸੇ ਕੈਂਪੇ ਦੀ ਕੀ 500 50 60 ਸੀਟਾਂ ਜੇ ਕੈਂਪੇ ਦੀ ਕੀ ਵਟੀ ਦੀ ਆ ਤੋ ਇਹ ਜਿਹੜੀ ਗੱਲਾਂ ਹੈਗੀਆਂ ਨੇ ਸਾਡੇ ਪੰਜਾਬੀਆਂ ਵਾਸਤੇ ਜਿਹੜਾ ਵੀ ਗਰਮ ਬੋਲਦਾ ਹੈ ਜਿਹੜਾ ਵੀ ਭਾਈ ਸਾਹਿਬ ਜੀ ਵੱਡੀਆਂ-ਵੱਡੀਆਂ ਗੱਲਾਂ ਕਰਦਾ ਵੱਡੇ-ਵੱਡੇ ਸੁਪਨੇ ਦਿਖਾਉਂਦਾ ਉਹਨੂੰ ਅਸੀਂ ਆਪਣਾ ਲੀਡਰ ਮੰਨ ਲੈਨੇ ਆਂ ਔਰ ਉਹਦਾ ਅਸੀਂ ਸੰਤਾਪ ਪਿੱਛੇ ਭੋਗ ਗਿਆ ਔਰ ਗਾਂ ਵੀ ਜੇ ਇਹੋ ਜਿਹੀਆਂ ਗੱਲਾਂ ਹੋਣਗੇ ਤੇ ਭੋਗਣਾ ਪੈਣਾਗਾ ਸਾਡੇ ਲੀਡਰਾਂ ਨੂੰ ਇਹਦੇ ਬਾਰੇ ਜਿਹੜਾ ਹੈਗਾ ਸੋਚ ਵਿਚਾਰ ਕੇ ਫੂਕ-ਫੂਕ ਕੇ ਕਦਮ ਧਰਨਾ ਚਾਹੀਦਾ ਅਸੀਂ ਮinority ਚਾ ਸਾਡੀ ਜ਼ੁਬਾਨ ਨੂੰ ਖਤਰਾ ਹੈ ਸਾਡੇ ਭਾਈ ਸਾਹਿਬ ਜੀ ਸੱਭਿਆਚਾਰ ਨੂੰ ਖਤਰਾ ਹੈ ਸਾਡੇ ਧਰਮ ਨੂੰ ਖਤਰਾ ਸਾਡੇ ਗ੍ਰੰਥ ਨੂੰ ਖਤਰਾ ਤੁਸੀਂ ਦੱਸੋ ਮੈਂ ਨਹੀਂ ਕਹਿੰਦਾ ਕਦੀ ਇਹੋ ਜਿਹਾ ਕੰਮ ਹੋਇਆ ਕਦੀ ਗੀਤਾ ਜੀ ਦੀ ਕਦੀ ਆਪਣਾ ਬੇਪਤੀ ਹੋਈ ਆ ਕਦੀ ਬਾਈਬਲ ਦੀ ਹੋਈ ਆ ਕਦੀ ਕੁਰਾਨ ਸ਼ਰੀਫ ਦੀ ਹੋਈ ਆ ਸਾਡੀ ਕਿ ਹੁੰਦੀ ਆ ਰੋਜ਼ ਇਸ ਕਰਕੇ ਸਾਨੂੰ ਦੱਸਣਾ ਜੀ ਸਾਨੂੰ ਜਿਹੜਾ ਹੈਗਾ ਇਹ ਪਸਾਇਆ ਜਾ ਰਿਹਾ ਹੈ ਔਰ ਸਾਨੂੰ ਦੱਸਣਾ ਜੀ ਹਿੰਦੂ ਡਿਕਲੇਅਰ ਕਰਨ ਵਾਸਤੇ ਵੱਡੀਆਂ-ਵੱਡੀਆਂ ਚਾਲਾਂ ਲੱਗੀਆਂ ਸਿਮਰਨਜੀਤ ਸਿੰਘ ਮਾਨ ਦਾ ਇਸੇ ਤੇ ਬਿਆਨ ਆਇਆ ਸੀ ਅੰਕਲ ਜੀ ਉਹ ਕਹਿੰਦੇ ਕਿ ਐ ਜੀ ਪੀ ਸੀ ਦੇ ਪ੍ਰਚਾਰ 'ਚ ਕਮੀ ਰਹੀ ਹੈਗੀ ਇਸ ਕਰਕੇ ਬੇਅਦਬੀਆਂ ਹੋ ਰਹੀਆਂ ਥੋੜੇ ਚਿਰ ਪਹਿਲਾਂ ਦੀ ਗੱਲ ਆ ਨਹੀਂ ਜੀ ਅਸਰਾ ਹੈਗਾ ਕਿ ਐਸਡੀਪੀਸੀ ਜਿਹੜੀ ਹੈਗੀ ਹੈ ਨਾ ਜੀ ਉਹਦੇ ਚ ਚੰਗੇ ਮਾੜੇ ਬੰਦੇ ਸਾਰੇ ਹੀ ਹੈਗੇ ਨੇ ਐਸਡੀਪੀਸੀ ਨੇ ਇੰਨੇ ਇੰਸਟੀਟਿਊਸ਼ਨ ਚਲਾਏ ਨੇ ਹਸਪੀਟਲ ਚਲਾਏ ਨੇ ਬਾਕੀ ਸਾਰਾ ਕੁਝ ਹੈ ਬਾਕੀ ਜਿਹੜਾ ਹੈਗਾ ਨੁਕਸ ਕੱਢਣ ਵਾਲੇ ਨੇ ਨੁਕਸੀ ਕੱਢਣੇ ਨਹੀਂ ਮੈਂ ਤੇ ਇੱਕ ਗੱਲ ਕਹਿ ਰਹੇ ਆ ਕਿ ਜੇ ਇਹ ਅਸਲੀ ਨੂੰ ਮਿੰਨੀ ਪਾਰਲੀਮੈਂਟ ਬਣਾ ਦੇਣ ਹਰ ਆਪਣੇ ਮੈਂਬਰ ਦੀ ਗੱਲ ਸੁਣਨ ਹਰ ਆਪਣੇ ਮੈਂਬਰ ਦੀ ਗੱਲ ਦੇ ਉੱਤੇ ਜਿਹੜਾ ਹੈਗਾ ਜੀ ਉਹ ਕੰਮ ਕਰਨ ਜਿਹੜਾ ਬਜਟ ਔਰ ਮੈਂਬਰਾਂ ਨੂੰ ਭੇਜਣ ਉਹਦੇ ਉੱਤੇ ਉਹਨਾਂ ਦੇ ਜਿਹੜੇ ਇਤਰਾਜ਼ ਨੇ ਉਹ ਲੈਣ ਉਹਨਾਂ ਇਤਰਾਜ਼ਾਂ ਦੇ ਮੁਰਕੇ ਗੱਲ ਹੋਵੇ 10-15 ਦਿਨ ਦਾ ਜਿਹੜਾ ਹੈਗਾ ਸੈਸ਼ਨ ਚੱਲੇ ਇਸੇ ਤਰ੍ਹਾਂ ਪ੍ਰਧਾਨ ਵਾਸਤੇ ਜਿਹੜਾ ਹੈਗਾ ਕਿਸੇ ਦਾ ਕੋਈ ਉੱਥੇ ਜ਼ੋਰ ਨਾ ਹੋਵੇ ਕਿਸੇ ਦੀ ਕੋਈ ਉੱਥੇ ਭਾਈ ਸਾਹਿਬ ਜੀ ਜਿਹੜੀ ਗੱਲਬਾਤ ਨਾ ਹੋਵੇ ਜਿਹੜਾ ਮੈਂਬਰ ਆਪਣੀ ਆਤਮਾ ਦੀ ਆਵਾਜ਼ ਨਾਲ ਜਿੱਥੇ ਵੋਟ ਪਾਉਣਾ ਚਾਹੁੰਦਾ ਉਹਨੂੰ ਉਹ ਹੱਕ ਹੋਵੇ ਤੇ ਮੇਰਾ ਖਿਆਲ ਐਸਜੀਪੀਸੀ ਜਿਹੜੀ ਆ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਬਣ ਸਕਦੀ ਆ ਇਹ ਮਿੰਨੀ ਪਾਰਲੀਮੈਂਟ ਕਿਉਂ ਨਹੀਂ ਕਿਤੇ ਡਿਕਟੇਟਰਸ਼ਿਪ ਚੱਲਦੀ ਆ ਠੀਕ ਹੈ ਗਗੋ ਮਿਹਰਬਾਨੀ ਸੋ ਗੁਰਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਐਸਜੀਪੀਸੀ ਵਿੱਚ ਡਿਕਟੇਟਰਸ਼ਿਪ ਚੱਲਦੀ ਆ ਇਸੇ ਕਰਕੇ ਕੋਈ ਹਲ ਹਿੱਲਾ ਨਹੀਂ ਹੋ ਰਿਹਾ ਜੇਕਰ ਮਿੰਨੀ ਸੈਸ਼ਨ ਚਲਾ ਦਿੱਤਾ ਜਾਵੇ ਤਾਂ ਇੱਕ ਮਿੰਨੀ ਪਾਰਲੀਮੈਂਟ ਬਣ ਚੁੱਕੀ ਐਸਜੀਪੀਸੀ ਤਰੀਕੇ ਨਾਲ ਚਲਾ ਜਾਵੇ ਕੋਈ ਕਪੜੇਬਾਜੀ ਨਾ ਹੋਵੇ ਕੋਈ ਜ਼ੋਰ ਅਜਮਾਇਸ਼ ਨਾ ਹੋਵੇ ਹੱਕ ਹੋਵੇ ਜਦ ਜਿਵੇਂ ਆਜ਼ਾਦੀ ਹੈ ਸਾਭ ਨੂੰ ਹਰ ਕੋਈ ਆਪਣੀ ਵੋਟ ਦਾ ਇਸਤੇਮਾਲ ਆਪਣੀ ਮਰਜ਼ੀ ਦੇ ਨਾਲ ਕਰਦਾ ਤਾਂ ਇਸੇ ਤਰੀਕੇ ਜੇਕਰ ਐਜੀਪੀਸੀ ਦੇ ਚੋਣਾਂ ਦੇ ਵਿੱਚ ਵੀ ਆਪਣੀ ਮਨਮਰਜ਼ੀ ਕਰੇ ਹਰ ਇੱਕ ਮੈਂਬਰ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਇੱਛਾ ਦੇ ਨਾਲ ਵੋਟ ਪਾਏ ਫਿਰ ਇਹ ਕਹਿੰਦੇ ਨੇ ਕਿ ਫਿਰ ਗੱਲ ਬਣ ਸਕਦੀ ਹੈ ਫਿਰ ਗੱਡੀ ਲਈ ਤੇ ਆਜੂਗੀ ਸੋ ਦੇਖਣਾ ਹੋਵੇਗਾ ਜਿਹੜਾ ਪ੍ਰਧਾਨਗੀ ਨੂੰ ਲੈ ਕੇ ਹੁਣ ਪੇਜ ਫਸਿਆ ਹੋਇਆ ਹੈ ਇਹ ਕਿਵੇਂ ਨਿਕਲਦਾ ਉਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲਦਾ ਕੈਮਰਾਮੈਨ ਬਪਾਲ ਦੇ ਨਾਲ ਮਨਪ੍ਰੀਤ ਗਿੱਲ ਫੈਕਟ ਨਿਊਜ਼ ਮੋਹਾਲੀ ਲੀਡਰ ਨਿਰਪੱਖ ਬੇਬਾਕ ਹਮ ਹੈ ਫੈਕਟ ਨਿਊਜ਼